ਗੁਣ ਗਾਵਾਂ ਰਿਕਾਰਡ ਪੇਸ਼ ਕਰਦੇ ਹਨ। ਸ਼ਾਇਰ ਕਹਿੰਦਾ ਵੀ ਗੱਲਾਂ ਨਾਲ ਨੀ ਕਦੇ ਇਤਿਹਾਸ ਬਣਦੇ। ਜਦ ਵੀ ਦੇਸ਼ ਨੂੰ ਖੂਨ ਦੀ ਲੋੜ ਪੈ ਗਈ, ਹਾਮੀ ਹੱਸ ਕੇ ਭਰੀ ਪੰਜਾਬੀਆਂ ਨੇ, ਉਹ ਰੱਚਿਆ ਕਿਤੇ ਸਵੰਬਰ ਜਾਵੇ ਦਮਾਤਾਂ, ਲਾੜੀ ਮੌਤ ਦੀ ਵਰੀ ਪੰਜਾਬੀਆਂ ਨੇ। ਜਦ ਵੀ ਜ਼ੁਲਮ ਦੀ ਨਦੀ ਵਿੱਚ ਕਾਂਹ ਗਾਈ, ਇਹ ਛਾਲਾ ਮਾਰ ਕੇ ਤਰੀ ਪੰਜਾਬੀਆਂ ਨੇ। ਉਹ ਚਾਹੋ ਪਾਸਿਆਂ ਤੋਂ ਕਿਤੋਂ ਵੀ ਆਈ ਗੋਲੀ, ਪਹਿਲਾਂ ਹਿੱਕ ਤੇ ਜਰੀ ਪੰਜਾਬੀਆਂ ਨੇ। ਇੱਕੋ ਧਰਤ ਪੰਜਾਬ ਦੀ ਜੱਗ ਉੱਤੇ ਜਿਹੜੀ ਮੌਤ ਦੀ ਹਿੱਕ ਤੇ ਵਸਦੀ ਏ, ਮਾਂ ਪੰਜਾਬਣ ਹੈ ਜੱਗ ਉੱਤੇ ਜਿਹੜੀ ਪੁੱਤ ਮਰਵਾ ਕੇ ਹੱਸਦੀ ਏ। ਇੱਥੇ ਹੱਕ ਤੇ ਸੱਚ ਦੀ ਗੱਲ ਕਰਨ ਵਾਲਿਆਂ ਨੂੰ ਫਾਂਸੀਆਂ ਹੁੰਦੀਆਂ ਨੇ। ਅੱਜ ਇਉਂ ਲੱਗਦਾ ਜਿਵੇਂ ਪੰਜਾਬ ਦੀ ਧਰਤੀ ਦੇ ਉੱਤੇ ਡੋਗਰਿਆਂ ਦਾ ਰਾਜ ਹੋ ਗਿਆ ਹੋਵੇ। ਜਿੱਧਰ ਵੇਖੋ ਜਿਵੇਂ ਡੋਗਰਿਆਂ ਦੀ ਢਾਣੀ ਫਿਰਦੀ ਪਈ ਏ। ਜਿਹੜੇ ਪੰਜਾਬ ਦੇ ਵਾਰਸ ਨੇ, ਜਿਹੜੇ ਸੱਚ ਦੀ ਗੱਲ ਕਰਨ ਵਾਸਤੇ ਆਏ, ਉਹ ਡਿਬਰੂਗੜ੍ਹ ਵਿੱਚ ਬੰਦ ਕਰ ਦਿੱਤੇ ਗਏ। ਅੱਜ ਭਾਈ ਅੰਮ੍ਰਿਤਪਾਲ ਸਿੰਘ ਜੀ, ਉਹਨਾਂ ਨੂੰ ਖਡੂਰ ਸਾਹਿਬ ਤੋਂ ਸਿੱਖ ਪੰਥ ਨੇ ਆਪਣਾ ਉਮੀਦਵਾਰ ਬਣਾਇਆ ਹੈ। ਖਡੂਰ ਸਾਹਿਬ ਦੀ ਧਰਤੀ ਦੇ ਲੋਕਾਂ ਇੱਥੇ ਸੱਚ ਵਰਤਦਾ। ਯਾਦ ਰੱਖਿਆ ਜੇ, ਸੱਚ ਕਹਿਣਾ ਬੜਾ ਔਖਾ ਹੈ, ਸੱਚ ਸੁਣਨਾ ਬੜਾ ਔਖਾ ਹੈ। ਸੱਚ ਨੂੰ ਫਾਂਸੀਆਂ ਲੱਗਦੀਆਂ ਨੇ, ਸੱਚ ਨੂੰ ਆਰਿਆਂ ਨਾਲ ਚੀਰ ਦਿੱਤਾ ਗਿਆ, ਸੱਚ ਨੂੰ ਨੀਹਾਂ ਵਿੱਚ ਚਿਣ ਦਿੱਤਾ ਗਿਆ। ਸੱਚ ਬੋਲਣਾ ਔਖਾ, ਸੱਚ ਸੁਣਨਾ ਔਖਾ। ਖਡੂਰ ਸਾਹਿਬ ਦੇ ਵਾਸੀਓ, ਅਪੀਲ ਆ ਤੁਹਾਡੇ ਚਰਨਾਂ ਦੇ ਵਿੱਚ, ਤੁਹਾਡੀ ਇੱਕ ਇੱਕ ਵੋਟ ਜਿਹੜੀ ਹੈ ਉਹ ਭਾਈ ਅੰਮ੍ਰਿਤਪਾਲ ਸਿੰਘ ਨੂੰ ਪੈਣੀ ਚਾਹੀਦੀ ਹੈ। ਯਾਦ ਰੱਖਿਆ ਜੇ, ਅਸੀਂ ਗੁਲਾਮ ਨਹੀਂ ਰਹਿ ਸਕਦੇ। ਅਸੀਂ ਗੁਲਾਮੀ ਦੇ ਜੂਲੇ ਫਾਂਸੀਆਂ ਦੇ ਤਖਤਿਆਂ ਤੇ ਝੂਟ ਕੇ ਵੜ ਦਿੱਤੇ। ਸਿੱਖ ਕੌਮ ਦਾ ਇਤਿਹਾਸ ਪੜ੍ਹ ਕੇ ਵੇਖ ਲਿਓ, ਇਹ ਕੌਮ ਕਦੇ ਗੁਲਾਮ ਨਹੀਂ ਰਹਿ ਸਕਦੀ। ਯਾਦ ਰੱਖਿਆ ਜੇ, ਦੇਸ਼ ਦੇ ਭਗਤਾਂ ਲੋਕਾਂ ਨੂੰ ਉਹ ਹੱਕਾਂ ਲਈ ਲੜਨਾ ਪੈਂਦਾ ਏ। ਦਿੱਲੀ ਵਿੱਚ ਵਾਂਗ ਦਿਆਲੇ ਦੇ ਡੇਗਾਂ ਵਿੱਚ ਕੜਨਾ ਪੈਂਦਾ ਏ। ਫੁੱਲਾਂ ਤੋਂ ਸੋਹਣ ਮਸੂਮਾਂ ਨੂੰ ਉਹ ਨੀਹਾਂ ਵਿੱਚ ਖੜਨਾ ਪੈਂਦਾ ਏ। ਤੰਗ ਆ ਕੇ ਜੂਨ ਗੁਲਾਮੀ ਤੋਂ ਲੜ ਮੌਤ ਦਾ ਫੜਨਾ ਪੈਂਦਾ ਏ। ਆਓ ਇੱਕ ਕੀਮਤੀ ਵੋਟ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾ ਦਿਓ। ਸਮਾਂ ਸਬੱਬੀ ਤੁਹਾਡੇ ਹੱਥ ਵਿੱਚ ਆਇਆ। ਅੱਜ ਇੱਕ ਦੀਆਂ ਇੱਕੀਆਂ ਦੇ 41 ਪਾਉਣ ਦਾ ਸਮਾਂ ਹੈ। ਅੱਜ ਦੱਸ ਦਿਓ ਪੰਜਾਬ ਦੀ ਸਰਕਾਰ ਨੂੰ, ਸਰਕਾਰੇ ਜਦੋਂ ਸੂਰਮੇ ਉੱਠ ਖੜੋਂਦੇ ਨੇ, ਜਦੋਂ ਸੂਰਮੇ ਆਪਣੀ ਆਈ ਤੇ ਆ ਜਾਂਦੇ ਨੇ, ਫਿਰ ਤਖਤਾਂ ਦੇ ਤਖਤ ਪਲਟਾ ਦਿਆ ਕਰਦੇ ਨੇ। ਹੱਥ ਜੋੜ ਕੇ ਢਾਡੀ ਫੌਜਾਂ ਸਿੰਘ ਕੀਰ ਦੇ ਜਥੇ ਵੱਲੋਂ ਅਪੀਲ ਕੀਤੀ ਜਾ ਰਹੀ ਏ। ਇਸ ਅਪੀਲ ਨੂੰ ਕਹਿਣ ਜਾ ਰਹੇ ਨੇ ਜਰਨੈਲ ਸਿੰਘ ਹੀਰਾ, ਸੁੱਚਾ ਸਿੰਘ ਸੋਢੀ, ਤਰੰਗੀ ਬਾਲਕ, ਭਾਈ ਮੁਖਤਿਆਰ ਸਿੰਘ ਮੀਤ, ਲੁਧਿਆਣੇ ਵਾਲਿਆਂ ਦਾ ਢਾਡੀ ਜਥਾ ਇਉਂ ਬਿਆਨ ਕਰਦਾ।
ਸਾ ਪੰਥਨ ਕਰੀਆਂ ਹੱਥ ਵਿਚਾਰਾਂ ਨੇ ਡਿਬਰੂ ਘਰ ਵਿੱਚ ਬੰਦ ਕੀਤਾ ਜੋਧਾ ਸਰਕਾਰਾਂ ਨੇ ਡਿਬਰੂ ਘਰ ਵਿੱਚ ਬੰਦ ਕੀਤਾ ਜੋਧਾ ਸਰਕਾਰਾਂ ਨੇ ਦੇ ਜੋ ਹੰਕਾਰੀ ਇਹਨਾਂ ਦੀ ਧੌਣ ਮਰੋੜ ਦਿਓ ਇਹਨਾਂ ਦੀ ਧੌਣ ਮਰੋੜ ਦਿਓ ਆਇਆ ਸਵਾਸ ਬੱਬੀ ਸਿੰਘੋ ਭਾਜੀ ਮੋੜ ਦਿਓ ਆਇਆ ਸਵਾਸ ਬੱਬੀ ਸਿੰਘੋ ਭਾਜੀ ਮੋੜ ਦਿਓ ਆਇਆ ਸਵਾਸ ਬੱਬੀ ਸਿੰਘੋ ਭਾਜੀ ਮੋੜ ਦਿਓ ਬੈਠੇ ਸਭ ਜ਼ਹਿਰੀਲੇ ਨੇ ਇਸ ਧਰਤੀ ਦੇ ਉੱਤੇ ਬੈਠੇ ਸਭ ਜ਼ਹਿਰੀਲੇ ਨੇ ਹੱਥ ਸਰੀਰ ਤੇ ਪੈਰ ਇਹਨਾਂ ਦੀ ਜ਼ਹਿਰ ਨਚੋੜ ਦਿਓ ਇਹਨਾਂ ਦੀ ਜ਼ਹਿਰ ਨਚੋੜ ਦਿਓ ਆਇਆ ਸਵਾਸ ਬੱਬੀ ਸਿੰਘੋ ਭਾਜੀ ਮੋੜ ਦਿਓ ਆਇਆ ਸਵਾਸ ਬੱਬੀ ਸਿੰਘੋ ਭਾਜੀ ਮੋੜ ਦਿਓ ਆਇਆ ਸਵਾਸ ਬੱਬੀ ਸਿੰਘੋ ਭਾਜੀ ਮੋੜ ਦਿਓ ਮਿੱਟੀ ਦੇ ਵਿੱਚ ਰੋਲਦੇ ਹੋ ਇਹ ਦਿੱਲੀ ਦੇ ਪਿੱਠੂ ਮਿੱਟੀ ਦੇ ਵਿੱਚ ਰੋਲਦੇ ਹੋ ਫਿੱਕੀ ਦੇ ਇੱਕ ਤਾਲੀ ਪਾ ਕੇ ਨਿਉ ਦਾ ਮੋੜਦੇ ਹੋ ਸਿੰਘੋ ਨਿਉ ਦਾ ਮੋੜਦੇ ਹੋ ਆਇਆ ਸਮਾਜ ਬੱਬੀ ਸਿੰਘੋ ਭਾਜੀ ਮੋੜਦੇ ਹੋ ਆਇਆ ਸਮਾਜ ਬੱਬੀ ਸਿੰਘੋ ਭਾਜੀ ਮੋੜਦੇ ਹੋ ਆਇਆ ਸਮਾਜ ਬੱਬੀ ਸਿੰਘੋ ਭਾਜੀ ਮੋੜਦੇ ਹੋ ਬਗਾਵਤ ਦੀ ਇਹ ਤਖਤ ਨੂੰ ਸਾੜੂਗੀ ਉੱਠੀ ਅੱਗ ਬਗਾਵਤ ਦੀ ਇਹ ਤਖਤ ਨੂੰ ਸਾੜੂਗੀ ਸ਼ੇਰ ਗਿੱਲ ਵੀ ਕਹਿੰਦਾ ਪਾਪੀ ਦੀ ਬੇੜੀ ਰੋੜ ਦਿਓ ਪਾਪੀ ਦੀ ਬੇੜੀ ਰੋੜ ਦਿਓ ਆਇਆ ਸਮਾਜ ਬੱਬੀ ਸਿੰਘੋ ਭਾਜੀ ਮੋੜ ਦਿਓ ਆਇਆ ਸਮਾਜ ਬੱਬੀ